Thank you.
अचरज देख बड़ा
ਇੱਕੋ ਹੀ ਅਰਦਾਸ ਹੈ ਕਿ ਹੁਣ ਸਾਡੇ ਵੱਲ ਤਾਂ ਨਾ ਵੇਖੀ ਅਤੇ ਨਾ ਹੀ ਸਾਡੇ ਕਰਮਾਂ ਵੱਲ ਵੇਖੀ, ਜੇ ਵੇਖੀ ਤਾਂ ਆਪਣੇ ਬਿਰਧ ਵੱਲ ਵੇਖੀ। ਬਸ ਇੱਕੋ ਹੀ ਅਰਦਾਸ ਸੀ ਕਿ ਬਾਬਾ
simar simri anand kaan nanak ਜਿਹੜੀ ਅਰਦਾਸ ਸਿਰਫ ਅੱਖਰਾਂ ਤੱਕ ਤਰਜ਼ੇ ਬਿਆਨੀਆਂ ਤੱਕ ਬਾਹਰ ਮੁਖੀ ਸੁਣਨ ਸੁਣਾਉਣ ਤੱਕ ਨਹੀਂ ਮੈਂ ਕਿਹਾ ਸਿੱਖਾ ਅਰਦਾਸ ਹੋਵੇ ਜਿਸਦਾ ਤਲਕ ਆਤਮਾ ਨਾਲ ਆਤਮਾ ਵਿੱਚ ਬੈਠੇ ਪਰਮ ਪਰਮ ਆਤਮਾ ਨਾਲ ਉਸ ਆਤਮਾ ਤੇ ਪਰਮ ਆਤਮਾ ਦੇ ਵਿੱਚ ਕਾਏ ਇੱਕ ਅੱਤ ਬੇਨਤੀ ਤੇ ਖਿੱਚ ਦੀ ਡੋਰੀ ਨਾਲ ਭੱਜੀ ਹੋਕ ਪੁਕਾਰ ਤੇ ਕਿਸੇ ਕਿਸੇ ਹਾਲਤ ਚ ਚੀਖ ਪੁਕਾਰ ਵਿੱਚ ਜਦੋਂ ਸਿੱਖ ਉੱਚੀ ਸਾਰੀ ਅੰਦਰੋਂ ਹੋ ਕੇ ਕਹਿੰਦਾ ਨਾ ਕਿ ਐ ਰਾਮ ਐ ਸ਼ਾਮ ਐ ਮੇਰੇ ਵਾਹੋ ਵਾਹੋ ਤੇਰੇ ਬਗੈਰ ਮੇਰਾ ਕੋਈ
बस यही अरदास है, सिर्फ अखां करके कोई अरदास नहीं। तो फिर ये जड़ी अरदास है साहबांदे ने, फिर ये अरदास कभी बिरथी जा सकती? बिरथी कदी ना होवे, इस अरदास विच किन्ना जोर है वो फिर गोविंद दा ही जोर है। नानक जोर गोविंद का पूर्ण गुणता, अरदास की कुछ कर दी है। खाली ना रवे आखना जाकी प्रभु आगे अरदास, अरदास, अरदास। उससे अरदास दे वलवले जी किया है अपना सुन।